ਹਾਂਜੀ ਮਿੱਤਰੋ, ਕੀ ਹਾਲ ਚਾਲ ਆ? ਉਮੀਦ ਕਰਾਂ ਬਾਈ ਥਾਵੇਂ ਸਾਰੇ ਹੋਵਾਂਗੇ ਵਧੀਆ, ਹੋਰ ਗੁੱਡ ਆਪਾਂ ਵੀ ਵਧੀਆ ਬਾਈ। ਬਾਕੀ ਕਸੀ ਤਾਂ ਸਾਨੂੰ ਪਛਾਣ ਪੜੋਗੇ ਹੋਣੀ, ਕਹਾਂ ਤਾਂ ਵਲੋਗ ਸਟਾਰਟ ਹੋ ਰਿਹਾ ਆਪਣਾ ਬਾਈ। ਆਪਣਾ ਸਵੇਰ ਸਵੇਰੇ ਅੱਜ ਖੇਤ ਮਾਏ ਸਾਰੀ ਜੀ ਦੀ ਨਾ ਪਾਣੀ ਕੱਢ ਰਹੇ ਹਾਂ ਬਾਈ। ਆਪਣਾ ਨਾ ਖੇਤ ਮੈਂ ਨਾ ਥੋੜ੍ਹੀ ਜਿਹੀ ਬਿਮਾਰੀ ਆ ਗਈ ਫੰਗਸ ਗੀ, ਕਿਉਂ ਪਾਣੀ ਖੜਿਆ ਰਹਾ ਆ ਕੁਛ ਖੇਤਾਂ ਦਾ, ਕੁਛ ਜੋੜੇ ਦਾ ਲਾ ਲਓ ਪਾਣੀ ਆ ਜਾ ਬਾਈ, ਤੋ ਕਰਕੇ ਫੰਗਸ ਕੀ ਆ ਰਹੀ ਆ। ਇੱਕ ਮਿੰਟ ਯਾਰ ਖੰਭਾ ਕਰੋਸ ਕਰੂੰ। ਤੋ ਦਵਾਈ ਲੈ ਕੇ ਆਏ ਹਾਂ, ਡਾਕਟਰ ਨੇ ਦਵਾਈ ਕਿਹਾ ਵੀ ਚੱਪ ਚੱਪ ਇਸੇ ਪਾਣੀ ਮੈਂ ਦਵਾਈ ਪਾ ਲਿਓ, ਬਹੁਤਾ ਪਾਣੀ ਖੜਿਆ ਨਾ ਹੋਵਾ ਵੀ ਯਾਰ, ਪਾਣੀ ਖੜੇ ਕਰਕੇ ਵੀ ਹੈ ਦਿੱਕਤ ਥੋੜ੍ਹੀ ਬਹੁਤੀ। ਹਾਂ ਠੀਕ ਆ ਜੀ, ਵੀ ਉਹ ਜੋੜੇ ਜੁੜੇ ਕਾ ਦੋ ਤਿੰਨ ਦਿਨ ਪਾਣੀ ਚੱਲਦਾ ਰਿਹਾ, ਕੁਛ ਪਹਿਲਾਂ ਵੀ ਖੜਿਆ ਰਿਹਾ ਪਾਣੀ ਯਾਰ। ਐਤਕੀ ਬਰਸਾ ਆਪਣੇ ਮੇਰੇ ਪਤਾ ਬਹੁਤ ਹੁੰਦੀ ਰਹੀ ਬਰਸਾ, ਕੁਦਰਤ ਦੀ ਬਾਤ ਆ ਪਤਾ ਨਹੀਂ ਕਿਆ ਚੱਕਰ ਹੋਇਆ ਬਾਈ। ਤੋ ਕਰਕਾ ਇਹ ਪਾਣੀ ਇਸਕਾ ਸਾਰਾ ਕੱਢ ਰਹੇ ਹਾਂ ਜੀ ਦੀ ਗਾ ਵੀ ਨਿਕਲ ਜਾ, ਜਾ ਜਮੀ ਡੈਡ ਹੋ ਗਿਆ ਫਿਰ ਰੋਕਾਂਗੇ ਪਾਣੀ ਨੂੰ। ਬਾਕੀ ਮਿੱਤਰੋ ਜੀਰੀ ਵਧੀਆ ਖੜੀ ਆ, ਉਰੇ ਤਾਂ ਜੀਰੀ ਪੱਟੀ ਹੋਈ ਦੀ ਬਾਈ, ਇਹ ਗੁਰੂ ਕੀ ਜੀਰੀ ਆ, ਉਰੇ ਮਾਰੀ ਜੀਰੀ ਸਾਰੀ ਖਾ ਲਈ ਦੀ ਬਾਈ ਮੁਰਗਿਆਂ ਨੇ, ਜਲ ਮੁਰਗਿਆਂ ਨੇ। ਬਾਕੀ ਉੱਦਣ ਸਪਰੇ ਕਰੀ, ਸਪਰੇ ਦਾ ਫਾਇਦਾ ਹੋ ਗਿਆ ਦੇਖੋ, ਜਿਹੜਾ ਕੋਈ ਦੂਬੜਾ ਉੱਪਰ ਵੀ ਤਾਂ ਨਾ ਉਹ ਵੀ ਸੁੱਕ ਗਿਆ ਜਿਹੜਾ ਜੜਨਾ ਦਾ। ਬਾਕੀ ਓਕੇ ਰਿਪੋਰਟ ਕੰਮ ਜੀਰੀ ਦਾ ਵਧੀਆ ਚੱਲ ਰਹੀ ਆ, ਗੋਰੂ ਵੀ ਵਧੀਆ ਹੋ ਰਹੀ ਜੀਰੀ, ਆਪਣੀ ਵੀ ਵਧੀਆ ਚੱਲ ਰਹੀ ਜੀਰੀ। ਬੱਦਲ ਬਾਈ ਅੱਜ ਫਿਰ ਢੁੱਕ ਰਿਹਾ ਬਾਈ, ਕਿਆ ਆਪਣਾ ਕਿਆ ਨਹੀਂ ਕੋਈ ਪਤਾ ਨਹੀਂ। ਦੇਖ ਇੱਧਰ ਸੈੱਟ ਆ ਜੀਰੀ, ਇੱਧਰ ਇਸਕੀ ਵੀ ਸੈੱਟ ਆ, ਮੇਰੀ ਵੀ ਸੈੱਟ ਆ। ਉਹ ਕੋਨੇ ਮਾ ਹੀ ਖਾਂਦੇ ਰਹੇ ਯਾਰ, ਪਤਾ ਨਹੀਂ ਕਿਆ ਕਰਦੇ ਰਹੇ ਜਾਨਵਰ ਨਾ, ਬਹੁਤ ਖਾਈ ਜੀਰੀ। ਪਾਣੀ ਕੱਢ ਰਿਹਾ ਸਵੇਰੇ ਸਵੇਰੀ, ਹਵਾ ਚੱਲ ਰਹੀ ਹੈ ਦੇਖੋ, ਹਵਾ ਕਿਤਨੇ ਵਧੀਆ ਲੱਗ ਰਿਹਾ। ਬਾਕੀ ਪਾਣੀ ਨਿਕਲ ਜਾਏਗਾ ਫਿਰ ਦਵਾਈ ਗਿਰਵਾਵਾਂਗੇ ਇਸਮਾਂ। ਆਪਣੀ ਜੀਰੀ ਮਾ ਨਾ ਇਹ ਉਹ ਪ੍ਰੋਬਲਮ ਆ ਰਹੀ ਆ ਵਿੱਚ ਵਿੱਚ, ਜਿਸ ਤਰ੍ਹਾਂ ਉਰਾ ਚਲੋ ਘੱਟ ਸੁੱਕ ਰਹੇ ਆ, ਕਹੀਂ ਕਹੀਂ 'ਤੇ ਨਾ ਜ਼ਿਆਦਾ ਹੀ ਸੁੱਕ ਰਹੇ ਵਿੱਚ ਵਿੱਚ, ਤਾਂ ਇਹ ਵਾਲੀ ਚੀਜ਼ ਦੇਖੋ ਪੀਲਾਪਨ ਨਾ ਵਿੱਚ ਵਿੱਚ ਪੇਡੇ, ਚਲੋ ਉਰਾ ਸੀਰਿਆਂ ਬਾ ਹਵਾ ਲੱਗਦੀ ਰਾਹ ਇਹਨੂੰ, ਜਿਹੜੇ ਵਿੱਚ ਵਿੱਚ ਪੇਡੇ ਨਾ ਉਹ ਜ਼ਿਆਦਾ ਹੀ ਸੁੱਕ ਰਹੇ ਆ। ਮੈਂ ਕਿਹਾ ਕਾਹਨੂੰ ਜੀਰੀ ਕਾ ਯਾਰ ਨਾਸ ਕਰਵਾਉਣਾ, ਅਰ ਅੰਦਰ ਦੇ ਦੇਖੋ ਪੱਟਕਾ, ਦੇਖਾਂ ਪੱਟਕਾ ਜਮੀ ਡੈੱਡ ਪਾ ਬੂਟਾ, ਇਹ ਦੇਖੋ ਬਾਈ ਜਮੀ ਡੈੱਡ, ਇਹ ਫੰਗਸ ਕੀ ਵਾ ਹੋ ਗਿਆ ਸੀ ਤਾਂ ਅਸੀਂ ਵਿਰਗੀ ਦੇਖੋ ਕਾਲਾ ਹੋ ਗਿਆ ਜਮੀ ਬੂਟਾ, ਵਿੱਚ ਵਿੱਚ ਨੂੰ ਖਾਸੇ ਬੂਟੇ ਮੈਂ ਹੋ ਰਹੇ ਇਹੋ, ਇਸਕੀ ਜੜਵਾਂ ਪ੍ਰੋਬਲਮ ਆ ਰਹੀ ਹੈ। ਉਹ ਫੰਗਸ ਲਾ ਲਓ ਇੱਕ ਨਾ ਚਿੱਟੀ ਜੀ ਟਾਈਪ, ਥੋੜ੍ਹਾ ਥੋੜ੍ਹਾ ਜਾਲਾ ਟਾਈਪ ਜਿਹੇ ਵਾਲਾ ਕੀੜਾ ਬਾਈ, ਉਹ ਜ਼ਿਆਦਾ ਵਾ ਕਰ ਰਿਹਾ। ਮੈਂ ਦੇਖ ਰਿਹਾ ਮਾਨ ਰਹਿਣ ਦੇ ਰਹਿਣ ਦੇ ਕੁਛ ਬਾਈ, ਮੈਂ ਨਹੀਂ ਕਦੀ ਵੀ ਮੰਨ ਕੇ ਚਲੋ 2013-14 'ਤੇ ਖੇਤੀ ਕਰ ਰਿਹਾ ਮੈਂ ਤਾਂ, ਔਰ ਮਤਲਬ 8-9 ਸਾਲ ਹੋ ਗਏ ਖੇਤੀ ਕਰਦੇ ਨੂੰ, ਪ੍ਰੋਪਰ ਖੇਤੀ ਮੈਂ ਆ ਗਏ ਵੀ ਚਲੋ ਕਰੋ ਰਹੇ ਆਪ ਗੇਰ ਰਹੇ ਸਾਰਾ ਕੁਝ ਦੇਖ ਰਹੇ ਹਾਂ ਖੇਤ ਕਾ ਵੀ ਉਹ ਕਰਦੇ ਵਾਹ ਕਰਦੇ, ਔਰ ਮੈਂ ਕਦੀ ਵੀ ਪਦਾਨ ਪਦੂਨ ਗੇਰੀ ਨਹੀਂ ਬਾਈ, ਮੈਂ ਗੇਰੀ ਨਹੀਂ ਕਰਦਾ ਹੈ, ਕਿਉਂ ਇਸ ਮਾਂ ਪਦਾਨ ਗੇਰਨੇ ਵਾ ਯਾਰ, ਚਲੋ ਆਪਣੇ ਜਿਹੜੇ ਦੁਸ਼ਮਣ ਆਈ ਵੀ ਜ਼ਿਆਦਾ ਆਪਾਂ ਨੂੰ ਪਤਾ ਲੱਗਿਆ ਇਵਨ ਮਾਰਨੇ ਪੜਾਂਗੇ, ਬਿਮਾਰੀ ਕੀੜਾ ਦੂਸਰਾ ਆ ਗਿਆ ਜਿਹੜੀ ਆਪਾਂ ਬਿਨਾਂ ਬਾਤ 'ਤੇ ਪੂਈ ਪਦਾਨ ਗੇਰੀ ਗੇਰਦੇ ਹਾਂ, ਉਸ ਗੇਲਾ ਆਪਣੇ ਮਿੱਤਰ ਕੀੜੇ ਵੀ ਬਹੁਤ ਮਰ ਜਾਂ ਬਾਈ, ਉਸ ਚੀਜ਼ ਦਾ ਆਪਾਂ ਨੂੰ ਨੁਕਸਾਨ ਵੀ ਹੈ ਆ। ਤੋ ਮੈਂ ਨਹੀਂ ਜਾਂਦਾ ਵੀ ਕੋਈ ਆਪਾਂ ਬਿਨਾਂ ਮਤਲਬ ਦੇ ਹੋਵਾ, ਕਈ ਵਾਰੀ ਕੋਈ ਇੱਕ ਬੰਦਾ ਗਲਤ ਹੋਵਾ ਆਪਾਂ ਸਾਰੇ ਪਿੰਡ ਨੂੰ ਹੀ ਗਾਲਾਂ ਕੱਢੀ ਜਾਂ, ਉਹ ਚੀਜ਼ ਅੱਛੀ ਨਹੀਂ, ਸਾਰਾ ਗਾਉਂ ਲਪੇਟਿਆ ਜਾ। ਇਸ ਤਰ੍ਹਾਂ ਬਾਈ ਆਪਾਂ ਇੱਕ ਦੋ ਕੀੜਾ ਜੇ ਆਪਣੇ ਕੋਲ ਲੱਗ ਵੀ ਰਿਹਾ ਕਿਤਨੇ ਖਾ ਲਏਗਾ ਕੁਛ ਨਹੀਂ ਹੁੰਦਾ ਉਸ 'ਤੇ, ਬਟ ਇੱਕ ਦੋ ਨਹੀਂ ਸਾਲਾਂ ਨਾ ਜ਼ਿਆਦਾ ਹੀ ਵੱਧ ਗਿਆ ਕੰਮ,
ਜ਼ਿਆਦਾ ਵਧਣ ਦੇ ਕਾਰਨ ਫਿਰ ਆਪਾਂ ਨੂੰ ਪਦਾਵਾਂ ਪਾਣੀ ਪੜ ਰਹੀ ਆ, ਪਦਾ ਨਹੀਂ ਹੈ, ਕੋਈ ਹੋਰ ਆ ਜ਼ਹਿਰੀਲੀ ਦਵਾਈ ਸੀ ਉਹ ਉਹ ਕਹਿੰਦਾ ਜੜਾਂ ਮੈਂ ਗੇਰ ਨਹੀਂ। ਮੈਂ ਤਾਂ ਕਿਹਾ ਤੁਹਾਨੂੰ ਮੈਂ ਸਪਰੇ ਕਰਦੇ ਹਾਂ ਵੀ ਕਾਹਨੂੰ ਤਲਾ ਗੰਡੋਏ ਵਗੈਰਾ ਨਾ ਬਹੁਤ ਜ਼ਿਆਦਾ ਜਿਹੜੇ ਆਪਾਂ ਨੂੰ ਧਰਤੀ ਨੂੰ ਉਪਜਾਊ ਬਣਾ ਰਹੇ ਹਾਂ ਜਾਂ ਇੰਨੀ ਵਾ ਕਰ ਰਹੇ ਹਾਂ, ਵਧੀਆ ਬਣਾ ਰਹੇ ਹਾਂ ਬਾਈ, ਪੌਸ਼ਟਿਕ ਤੱਤ ਬਣਾ ਰਹੇ ਹਾਂ, ਇਹ ਗੰਡੋਇਆ ਇੰਨੀ ਵਧੀਆ ਦੇਸੀ ਖਾਦ ਬਣਾ ਰਿਹਾ ਬਾਈ, ਮਾਂ ਸਾਰੇ ਮਰ ਜਾਂਗੇ। ਕਹਿ ਰਿਹਾ ਮਰ ਜਾਂਗੇ ਨਹੀਂ, ਕਹਿ ਰਿਹਾ ਉਹ ਜੜ ਮਾਂ ਬਾਈ, ਜੜ ਵਾਲੇ ਕੀੜੇ ਨੂੰ ਕਹਿ ਰਿਹਾ ਸਪਰੇ ਤਾਂ ਕਿਆ ਹੋਣਾ। ਮਾਂ ਚਲੋ ਠੀਕ ਆ ਬਾਈ, ਬਾਕੀ ਮੈਂ ਨਹੀਂ ਜਾਊਂਗਾ ਵੀ ਕੋਈ ਵੀ ਐਸੀ ਦਵਾਈ ਪਾਈ ਜਾ ਜੀ ਤਾਂ ਆਪਣੇ ਦੁਸ਼ਮਣ ਕੀੜੇ ਤੋਂ ਮਾਰਾਂ ਮਾਰਾਂ ਵੀ ਮਿੱਤਰ ਕੀੜੇ ਵੀ ਚੱਕੇ ਜਾ। ਬਾਕੀ ਨੱਕੇ ਖੋਲਾਂ ਬਾਈ, ਦੇਖਾਂ ਕਿਆ ਬਣਾਂਗਾ ਫਿਰ। ਹਾਂ ਬਾਈ, ਰਾਊਂਡਅਪ ਕਰੀ ਦੀ, ਵਾਹਾਂ ਤੋਂ ਸਾਰਾ ਦੁਬੜਾ ਚੱਕਿਆ ਗਿਆ, ਉਰਾ ਕੱਚੀ ਡੋਲਣਾ ਵਾਹ ਕਰੀ ਦੇ ਨੋਮਨੀ ਗੋਲ, ਉਰਾ ਕੋਈ ਅਸਰ ਨਹੀਂ ਹੈ ਬਾਈ, ਨਹੀਂ ਬੜੇ ਕੱਖ ਖੜੇ ਆ। ਚਲੋ ਹਾਲੀ ਬਾਅਦ 'ਚ ਨਹੀਂ, ਰਾਊਂਡਅਪ ਕਾ ਇੱਕ ਪੰਪ ਪਹੁੰਚਾ ਲਈਏ ਤਾਂ ਪੂਰਾ ਲਾਓ ਦੇਣਗੇ ਉਸਨੂੰ, ਪੰਪ ਲਏਗਾ ਨਾ, ਕਰਨਾ ਬੜਾ ਗਾ ਇਸ ਕਹਿਲਾ। ਬਾਕੀ ਉਹ ਡੋਲ ਕੇ ਨੇੜੇ ਰਹਿਣਾ ਨਾ ਆਪਾਂ ਨੇ, ਵਾ ਟਰੈਕ ਕੰਪਨੀ ਕੀ ਸਪਰੇਅ ਕਰੀ ਦੀ, ਇੱਧਰ ਰਿਜ਼ਲਟ ਫੁੱਲ ਆਇਆ ਦੇਖੋ, ਸਲਾਹ ਦੀ ਹਰ ਦੋ ਦਿਨ ਹੋਏ ਇਹਦੇ ਸਪਰੇਅ ਕਰੀ ਨੂੰ। ਰਾਊਂਡਅਪ ਜੀਰੋ ਨਹੀਂ ਕਰਦੀ, ਜੋ ਰਾਊਂਡਅਪ ਨੇ ਨਹੀਂ ਹਰੀ ਵੀ ਕੁਛ ਵੀ ਅਸਰ ਕਰਿਆ, ਪਰ ਇੰਨੇ ਪੂਰਾ ਅਸਰ ਕਰਿਆ ਬਾਈ। ਜਿਹੜੀ ਨਵੀਂ ਕੰਪਨੀ ਆ ਰਹੀ, ਅੱਛਾ ਇਨਕਾ ਫਰਕ ਆ ਬਾਈ, ਜ਼ਿਆਦਾ ਪਤਾ ਨਹੀਂ ਜ਼ਿਆਦਾ ਸੋਲਟ ਆ ਇਹਨੂੰ, ਕਿਆ ਚੱਕਰ ਆ ਕਿਆ ਨਹੀਂ, ਬਹੁਤ ਅਸਰ ਕਰਾਂ ਬਾਈ, ਖਲਾਰੇ ਪਾਉਂਦੀ ਚਲੀ ਜਾ। ਇਹ ਦੇਖ ਗਬਲੀ ਡੋਲ ਪਾਈ ਡੋਂਡ ਬਕਰੀ ਹੋਈ, ਬਾਕੀ ਦੇਖ ਬੱਦਲ ਬਾਈ। ਬਾਕੀ ਜੇ 1509 ਝੰਡਾ ਰੋਗ ਨਾ ਆਇਆ ਫਿਰ 1509 ਥੋੜ੍ਹੀ ਆ ਬਾਈ, ਬਰੀਕ ਜੀਰੀ ਨੇ ਤਾਂ ਚਾਹੀਦਾ ਚਾਹੀਦਾ ਵੀ ਉਹ ਕੰਮ ਹੋਣਾ ਚਾਹੀਦਾ। ਇਹ ਦੇਖੋ ਇਸ ਤਰ੍ਹਾਂ ਬਾਈ, ਸ਼ਰਾਬੀ ਬੰਦੇ ਗਾ ਵਿਆਹ ਮੰਗ ਗਿਆ ਜੇ ਉਹਨੇ ਸ਼ਰਾਬ ਨਾ ਪੀ, ਉਸਕਾ ਵਿਆਹ ਥੋੜ੍ਹੀ ਆ। ਜਿਹਨੇ 1509 ਲਾਈ ਔਰ ਉਹਨੇ ਝੰਡਾ ਰੋਗ ਨਾ ਦੇਖਿਆ, ਉਹ ਕੋਈ 1509 ਲਾਣੇ ਮੈਂ ਲਾਣੀ ਥੋੜ੍ਹੀ ਹੋਈ, ਇਹ ਤਾਂ ਜ਼ਰੂਰੀ ਹੋਇਆ, ਕੰਪਲਸਰੀ ਹੋ ਗਿਆ ਬਾਈ। ਜਿੰਨਾ ਮਰਜ਼ੀ ਵੀਰੋ ਧਿਆਨ ਰੱਖ ਲਓ, ਜਿੰਨਾ ਮਰਜ਼ੀ ਕੁਛ ਪਾ ਲਓ, ਜਿੰਨਾ ਮਰਜ਼ੀ ਕੁਛ ਪਾ ਲਓ, ਮੈਂ ਜ਼ਿਆਦਾ ਨਹੀਂ ਕਹਿੰਦਾ ਬਾਈ, 30-40 ਬੂਟੇ ਕਿੱਲੇ ਮਾਦੇ, ਉਹ ਵੀ ਜ਼ੋਰ ਲਾ ਕੇ ਜਿਹੜਾ ਪੂਰਾ ਧਿਆਨ ਰੱਖ ਰਿਹਾ, ਕਿਉਂਕਿ 30-40 ਬੂਟੇ ਹੋ ਹੀ ਜਾਣੇ, ਨਹੀਂ ਫਿਰ ਤੁਹਾਨੂੰ ਪਤਾ ਹੀ ਜ਼ਿਆਦਾ ਤੋਂ ਜਿਤਨੇ ਮਰਜ਼ੀ ਹੋ ਜਾਣ ਕੋਈ ਪਰਵਾਹ ਹੀ ਨਹੀਂ, ਬਟ ਇਤਨੇ ਕੁ ਬੂਟੇ ਜ਼ਰੂਰ ਹੋ ਜਾਣੇ ਆ ਬਾਈ, 30-40 ਬੂਟੇ। ਬਾਕੀ ਇੱਧਰ ਮੂਲੀਆਂ ਲਾਈ ਹੋਈ ਦੇਖੋ, ਮੂਲੀਆਂ ਹੋ ਜਾਣੇ, ਮੂਲੀਆਂ ਕੇ ਪਰੌਂਠੇ ਖਾਓ, ਹੋਰ ਹੋ ਜਾਣੀ ਨੇ ਮਹੀਨੇ ਡੇਢ ਮਾ। ਲਓ ਮਿੱਤਰੋ, ਸਮਾਂ ਸ਼ਾਮ ਕੇ 5 ਵੱਜ ਰਹੇ ਆ ਬਾਈ, ਰੇਹ ਪਾਉਣ ਆਏ ਤੇ, ਰੇਹ ਪਾਉਣ ਨਹੀਂ ਆਏ ਤੇ, ਪਾਉਣ ਆਏ ਤੇ ਦਵਾਈ, ਪਰ ਦਵਾਈ ਪੜਦੀ ਰਹੀ ਗੱਲ, ਉਹ ਜਾ ਰਿਹਾ ਬੰਦਾ ਰੇਹ ਵਾਲਾ ਆਪਣਾ, ਬਟ ਪਤਾ ਕਿਆ ਹੋ ਗਿਆ, ਮੌਸਮ ਹੋ ਗਿਆ ਬਹੁਤ ਜ਼ਿਆਦਾ ਖਰਾਬ ਬਾਈ, ਹਵਾ ਚੱਲ ਗਈ ਇੱਕਦਮ, ਔਰ ਕਿਆ ਨਾਮ ਲੇਕਰ ਹਵਾ ਚੱਲਣੇ ਕੇ ਕਾਰਨ ਨਾ ਬੱਦਲ ਬਾਈ ਸੀ ਹੋ ਗਈ। ਮੈਂ ਕਿਹਾ ਯਾਰ 1000 ਰੁਪਏ ਕੀ ਕਿੱਲੇ ਕੀ ਦਵਾਈ ਪੜੀ ਆ, ਕਾਹਨੂੰ ਨੁਕਸਾਨ ਕਰਾਵਾਂ, ਇਹ ਸਵੇਰੇ ਹੀ ਗੇਰਾਂਗੇ। ਦੇਖੋ ਹਵਾ ਚੱਲ ਗਈ ਤੇ ਪੂਰੇ ਬੱਦਲ ਬਾਈ ਆ ਗਈ ਦੀ, ਮਾਂ ਉੱਡ ਉੱਡ ਜਾ ਕੇ ਸਾਲਾ ਬੱਦਲ, ਬਾਕੀ ਤਾਂ ਚਾਹ ਪੀ ਕੇ ਦੁਬਾਰਾ ਘਰ ਨੂੰ ਹੀ ਚੱਲ ਰਹੇ ਹਾਂ, ਆਏ ਪੂਰੇ ਮੂਡ ਗੈਲ 'ਤੇ ਵੀ ਕੰਮ ਚੱਕਾਂਗੇ, ਪਰ ਹੋਇਆ ਨਹੀਂ ਕੰਮ। ਚਲੋ ਕੋਈ ਨਾ ਬਾਈ, ਚਾਹ ਪੀ ਕੇ ਉੱਧਰ ਨੂੰ ਚਲੇ ਗਿਆ ਬਾਈ, ਆਪਾਂ ਆਪਣੇ ਕੰਨੀ ਨੂੰ ਚਲਾਂ। ਬੱਦਲ ਬਾਈ ਦੇਖੋ, ਯੁਵਰਾਜਪੁਰਾ ਜਾ ਕੰਮ, ਰਾਜਪੁਰਾ ਥੋੜ੍ਹੇ ਜਿਹੇ ਕੰਮ ਆ ਮੈਨੂੰ ਇੱਕ ਦੋ, ਉਹ ਕਰ ਕੰਮ ਫਿਰ। ਲਓ ਮਿੱਤਰੋ, ਪਟਿਆਲਾ ਆਏ ਤੇ, ਹਾਂ ਪਟਿਆਲਾ ਕਹਿ ਰਿਹਾ, ਰਾਜਪੁਰਾ ਆਏ ਤੇ ਬਾਈ, ਮੈਂ ਨਾ ਜੁੱਤੀਆਂ ਦੇਖਣੇ ਦੀ, ਕਈ ਵਾਰੀ ਨਾ ਇਸ ਤਰ੍ਹਾਂ ਕੰਮ ਹੋ ਜਾ ਬਾਈ, ਆਪਣਾ ਪੈਸੇ ਹੀ ਬੜੇ, ਇਹ ਦੁਕਾਨ ਆ ਮੇਲਾ ਲੁੱਟਣਾ ਜਿਹਨੇ ਲੁੱਟ ਲਿਓ ਬਾਈ, ਕਾਲਜ ਫੁੱਟਵੇਅਰ, ਜੁੱਤੀਆਂ ਦੇਖੋ ਇੱਕ ਗੱਲ ਇੱਕ ਫਰੀ, ਹੈਂ ਇਹ ਤੁਹਾਨੂੰ ਲੈਣੀ ਹੋਵੇ ਲੈ ਲਈਏ, ਨਹੀਂ ਮੇਰਾ ਵੀ ਆ ਜਾਏਗੀ, ਦੋਨਾਂ ਕਾ 8 ਨੰਬਰ ਆਇਆ ਮਾਰਾ,
ਔਰ ਜੁੱਤੀਆਂ ਵੀ ਬਹੁਤ ਜਾਇਜ਼ ਰੇਟ, ਮੰਨ ਕੇ ਚਲੋ ਬਹੁਤ ਜਾਇਜ਼ ਰੇਟ ਹੈ ਨਾ। ਕੁੱਟ ਪਾਰ ਵਾਲਾ ਕੰਮ ਤਾਂ ਨਹੀਂ ਵੀ ਜਿਸ ਤਰ੍ਹਾਂ ਦੇਣੀ ਤੀ, ਔਰ ਉਸ ਮੈਂ ਵਾਹ ਨਹੀਂ ਤਾ ਕੰਡੀਸ਼ਨ ਹੀ ਉਹ ਨਹੀਂ ਤੀ, ਮਤਲਬ ਚਲੋ ਫਰੀ ਵਾਲੀ ਤੀ ਜੇ ਗੈਲ ਵੀ ਜੋਨ ਸੀ ਮਰਜ਼ੀ ਲੈ ਲਓ ਹੈ ਨਾ, ਇਹੋ ਚੀਜ਼ ਇਹੋ ਚੀਜ਼ ਬੈਸਟ ਲੱਗੀ। ਹਾਂ ਵੀ ਜੈਸੀ ਜੀ ਕੈਟਾਗਰੀ ਲੈ ਰਹੇ ਹਾਂ ਉਸੀ ਕੈਟਾਗਰੀ ਮਤਲਬ ਜੋ ਮਰਜ਼ੀ ਲੈ ਲਓ ਏ ਟੂ ਜੈਡ ਬਾਈ। ਚਲੋ ਇਸ ਤਰ੍ਹਾਂ ਹੋ ਜਾਗਾ ਜੀ, ਰੱਬ ਸੁਣ ਲਿਆ ਕਿਤੇ ਲੈਣੇ ਦਾ ਮੂਡ ਨਾ ਹੋਵਾ, ਮੈਨੂੰ ਵੀ ਸਵਾਦ ਹੀ ਗੱਲ ਮਾਤੇ ਇੱਦਾਂ ਕਰ ਲੈਂਗੇ ਰੇਟ, ਹੱਥੋਂ ਵੀ ਲੈ ਲੇ ਚੱਲ ਮੈਂ ਵੀ ਲੈ ਲਵਾਂ, ਲੈਣੀ ਮੈਨੇ ਇਕੱਲੇ ਦੀ ਨਹੀਂ ਇੰਨੀ ਪਸਾ ਦੀ ਆ। ਚਲੋ ਦੋਨੋਂ ਹੋ ਗਿਆ ਕੰਮ ਸੈੱਟ ਹੋ ਗਿਆ, ਇਹਨੂੰ ਵੀ ਰਿਸ਼ਤੇ ਹੈ। ਹਾਂ ਬਾਰਾਂ ਮਤਲਬ ਇੱਕ ਜੁੱਤੇ ਨਾ ਮਿੱਤਰ 1200 ਰੁਪਏ ਆਈ ਆ, ਮਤਲਬ 600 ਕੀ ਪੜੀਆਂ, 600 ਰੁਪਏ ਮੈਂ ਕਹਿ ਰਿਹਾ ਅੱਜ ਕੇ ਟਾਈਮ ਹੈ ਚੰਗੀ ਜੁੱਤੀ, ਦੋ ਜੂੜੇ ਮੁਲੇ ਆ ਕਹਿਣਾ ਤੇਰੇ ਇੱਕੋ ਦੋ ਵਾਰੀ ਦੇਖੇ ਔਰ ਲੈ ਗਏ ਵੀ ਆ, ਬਾਕੀ ਅੱਜ ਫੁਹਾਰਾ ਵੀ ਚੱਲ ਰਿਹਾ ਬਾਈ। ਸਬਜ਼ੀ ਲੈਣੀ ਮੈਨੂੰ ਤਾਂ ਯਾਰ ਲਓ ਮਿੱਤਰੋ, ਨਵੇਂ ਦਿਨ ਕੀ ਹੋ ਗਈ ਸ਼ੁਰੂਆਤ, ਸਵੇਰੇ ਸਵੇਰੀ ਸਵੇਰੀ ਨਹੀਂ ਸਵੇਰੇ ਸਵੇਰੀ ਨਹੀਂ ਆਇਆ ਅੱਜ ਟਾਈਮ ਗਿਆ ਲਾਇਆ, ਕਿਉਂਕਿ ਨਾ ਯਾਰ ਸਵੇਰੀ ਹੋਆ ਓਸ ਪਹਿਲਾਂ ਨਾ ਓਸ ਮੈਂ ਗੇਰ ਗਏ ਥੋੜ੍ਹੇ ਥੋੜ੍ਹੇ ਨਾ ਉੱਪਰ ਦੇ ਜਹਾਂ ਜਹਾਂ ਰੇਹ ਲੱਗਿਆ ਬਾਈ, ਪੱਤੇ ਫੁੱਗ ਗਏ ਤੇ, ਤੋ ਅੱਜ ਥੋੜ੍ਹਾ ਲੇਟ ਆਏ ਹਾਂ, ਅੱਜ ਆਏ ਬਾਈ 7 ਵਜੇ, 7:15 ਹੋ ਗਏ ਰਲਾਉਂਦਿਆਂ ਨੂੰ ਦਵਾਈ। ਚਲੋ ਬਾਕੀ ਇਹ ਦੇਖੋ ਫਿਰ ਬੰਦਾ ਲਾਇਆ ਅੱਜ ਤੁਹਾਨੂੰ ਦਵਾਈ, ਆਪਾਂ ਨੇ ਯੂਰੀਆ ਨਹੀਂ ਗੇਰਨਾ, ਆਪਾਂ ਗੇਰਨਾ ਇਹ ਦਵਾਈ ਬਾਈ, ਦਵਾਈ ਬਿਲਕੁਲ ਨਾ ਮਾਤਰ ਤੁਹਾਨੂੰ ਗੇਰਦਾ ਵੀ ਨਹੀਂ ਦਿਖਣਾ, ਬਿਲਕੁਲ ਛਾਣਾ ਦੇਣਾ ਬਾਈ ਦਾ ਕਹਿੰਦਾ 3 ਕਿੱਲਿਆਂ ਵਾ ਸਿਰਫ 1 ਕੱਟਾ ਗੇਰਨਾ ਬਾਈ, 3 ਕਿੱਲਿਆਂ ਮਤਲਬ 1 ਕੱਟਾ ਗਿਰਨਾ ਚਾਹੀਦਾ, ਮੈਂ 3 ਕਿੱਲਿਆਂ ਵਾ 1 ਕੱਟਾ ਯਾਰ ਬਹੁਤ ਔਖਾ ਹੋ ਜਾਵੇਗਾ ਮਾਂ ਗੇਰਨਾ, ਕਹਿੰਦਾ ਨਹੀਂ ਕਹਿ ਰਿਹਾ ਗੇਰ ਦੇ ਕਹਿ ਰਿਹਾ ਇਸ ਤਰੀ, ਮਾਂ ਠੀਕ ਆ ਉਹਨੇ ਮਤਲਬ 1 ਕੱਟੇ ਹੀ ਐਵਰੇਜ ਕੱਢੀ ਵੀ 3 ਕਿੱਲਿਆਂ ਮੈਂ ਗਿਰਨਾ ਚਾਹੀਦਾ ਛਾਣਾ, ਮੈਂ ਚਲੋ ਕੋਈ ਨਹੀਂ ਗੇਰਾਂਗੇ ਹੌਲੀ ਹੌਲੀ, ਬਟ ਹੁੰਦਾ ਨਹੀਂ ਯਾਰ ਕੱਟੇ ਮੈਂ ਕਿੱਥਾਂ ਪੂਰਾ ਹੋ ਜਾਏਗਾ ਯਾਰ, ਪਰ ਚਲੋ ਜਿਸ ਤਰ੍ਹਾਂ ਵੀ ਹੋਵਾ ਜੇ ਹੋ ਜਾ ਤਾਂ ਅੱਛੀ ਬਾਤ ਆ। ਬਾਕੀ ਦਵਾਈ ਆਪਾਂ ਉਹ ਲੈ ਕੇ ਆਏ ਤੇ ਬਾਈ ਬਾਈ ਨੇ ਦੇ ਦਿੱਤੀ, ਇੱਕ ਤਾਂ ਇਹੋ ਦੇਈ ਆ ਬਾਈ ਨੇ, ਇਹ ਦੇਖੋ ਕਿਆ ਚੀਜ਼ ਆ ਰਨ ਸਟੋਪ ਇੱਕ, ਅੱਛਾ ਇਹ ਤਾਂ ਪਾੜੋ ਦੇ ਸਾਨੂੰ ਪੰਜਰ ਨੂੰ, ਬਾਕੀ ਰਲਾਇਆ ਪੜਿਆ ਰੇ। ਬਾਕੀ ਉਹਨੇ ਉਹ ਵੀ ਬਾਤ ਕਹੀ ਤੀ, ਇੱਕ ਤਾਂ ਵੀਰੇ ਸਰੋਂ ਦਾ ਤੇਲ ਜ਼ਰੂਰ ਲਾਉਣਾ ਹੱਥਾਂ ਪੈਰਾਂ ਦਾ ਵੀ ਲੜ ਸਕਾ ਉਹ ਦਵਾਈ, ਦੂਸਰਾ ਨੰਬਰ ਵੀ ਖਾਲੀ ਪੇਟ ਨਹੀਂ ਗੇਰਨੀ ਹੈ, ਰੋਟੀ ਰੋਟੀ ਖਾ ਕੇ ਗੇਰੀ ਉਹ, ਕਿਉਂਕਿ ਕਈ ਵਾਰੀ ਆਪਾਂ ਸਾਹ ਸੂਹ ਲਏ ਹਾਂ ਇਸ ਵਾਸਤੇ ਥੋੜ੍ਹੀ ਅੱਛਾ ਕੁਛ ਮੁਸ਼ਕ ਵੀ ਪੂਰੀ ਆ ਰਹੀ ਬਾਈ, ਜਦ ਖੋਲ੍ਹੀ ਨਾ ਪੂੜੀਆਂ ਬਾਈ ਕਹਿ ਤਾਂ ਨਾ ਨਾ ਇਸਕੀ ਲੋੜ ਨਹੀਂ, ਮੈਂ ਇਤਨੇ ਦਿਨ ਤਾਂ ਹੋ ਗਏ ਕੰਮ ਕਰਦੇ ਨੂੰ ਮੈਂ ਤਾਂ ਕਦੀ ਰੋਟੀ ਨਹੀਂ ਖਾਈ ਤੇਲ ਨਹੀਂ ਲਾਇਆ ਹੈ, ਬਟ ਜਦ ਬਾਈ ਨੇ ਖੋਲ੍ਹੀ ਨਾ ਇਹ ਭਾਨੂਮਤੀ ਦਾ ਪਟਾਰਾ ਬਾਈ ਕਹਿ ਰਿਹਾ ਹੈ ਯਾਰ ਤੇਜ਼ ਆ ਕਰਿਆ ਇਸ ਤਰ੍ਹਾਂ ਕਰਾ, ਪਹਿਲੇ ਤਾਂ ਬੜੀ ਮੁਸਕਾਏ ਕਰਾ ਇਸ ਤਰ੍ਹਾਂ, ਮੈਂ ਕਿਹਾ ਠੀਕ ਆ ਬਾਈ ਦੇਖ ਲਓ, ਕਿਉਂ ਪਾ ਕਈ ਵਾਰੀ ਜਦ ਅਗਲੇ ਨੇ ਦਵਾਈ ਵਾਲਿਆਂ ਨੇ ਕਿਹਾ ਉਹਨੇ ਕਿਸੇ ਵਜ੍ਹਾ 'ਤੇ ਹੀ ਕਿਹਾ ਹੋਣਾ, ਤਾਂ ਉਸ ਚੀਜ਼ ਨੂੰ ਮੰਨ ਲੈਣਾ ਚਾਹੀਦਾ, ਆਪਾਂ ਨੂੰ ਅਣਗਹਿਲੀ ਨਹੀਂ ਕਰਨੀ ਚਾਹੀਦੀ। ਬਾਕੀ ਹੱਥ ਦੇਖੋ ਬਾਈ
ਲੀਲੇ ਕਰਕੇ ਨਹੀਂ ਪਤਾ ਲਾਲ ਕਰੇ ਕਰਦੀ ਜਾਂ ਪਹਿਲਾਂ ਨਾ ਮੈਂ ਡੈਡੀ ਹੈਰ ਪਾਏ ਕਰਦੇ ਹਰੇ ਹੋ ਕਰਦੇ। ਬਾਕੀ ਤੁਹਾਨੂੰ ਨਾ ਬਿਮਾਰੀ ਦਿਖਾਊ ਕਿਆ ਬਿਮਾਰੀ ਖੁਰੀ ਜੀ ਦੀ, ਜਿਸ ਤਰ੍ਹਾਂ ਨਾ ਬਾਈ ਕੀ ਉਹ ਪਿੰਡ ਆ ਵਿੱਚ ਤਾਂ ਦੇਖੋ ਜੀ ਕਿਤਨਾ ਵਿੱਚ ਵਿੱਚ ਤਾਂ ਸੁੱਕ ਗਈ ਸੀ ਬਾਈ ਦੇਖੋ ਲਾ ਲਓ ਪੇਡਾ ਜੋ ਫੰਗਸ ਹੋ ਗਈ ਪਾਣੀ ਵੀਰੋ ਫੁੱਲ ਖੋਲਿਆ ਹੋਇਆ ਇਸਕਾ ਫਿਰ ਵੀ ਪਾਣੀ ਖੜਿਆ ਹੀ ਆ ਸਾਲਾ ਅਤੇ ਪਾਣੀ ਨੇ ਕੰਮ ਖਰਾਬ ਕਰਦੀ ਆ ਇਹ ਦੇਖੋ ਵਿੱਚ ਵਿੱਚ ਤਾਂ ਨਾ ਦੇਖੋ ਕਾਫੀ ਖਰਾਬ ਹੋ ਗਈ। ਚਲੋ ਇਹਦੇ ਵੀ ਬਹੁਤ ਘੱਟ ਨੁਕਸਾਨ ਜਾਣੋ ਉਸਨੂੰ ਵੀ ਜੇ ਮੰਨ ਕੇ ਚਲੋ ਤੀਹ ਪੱਚੀ ਟੈਲਰਾਂ ਤੁਸਮਾਂ ਦੇ 5-7 ਖਰਾਬ ਹੋ ਗਏ ਬਾਈ ਜ਼ਰੂਰ। ਬਾਕੀ ਉਹ ਕਹਿ ਰਿਹਾ ਤਾਂ ਕੋਈ ਚੱਕਰ ਨਹੀਂ ਕਹਿ ਰਿਹਾ ਜੇ ਦਵਾਈ ਠੀਕ ਗਿਰ ਗਈ ਕਹਿ ਰਿਹਾ ਚੱਲ ਜਾਣੇ ਸਾਰੇ ਹਾਂ ਜੇ ਚੱਲ ਜਾਂਦਾ ਅੱਛੀ ਗੱਲ ਆ ਵੀਰ ਨੁਕਸਾਨ ਹੋਣੇ ਤਾਂ ਬਚ ਜਾਗਾ ਥੋੜ੍ਹਾ ਜਿਹਾ ਆਪਣਾ ਆ ਡੋਲ ਕੇ ਨੇੜਾ ਨੇੜਾ ਨਹੀਂ ਪਰ ਪੂਰਾ ਨਹੀਂ ਪਤਾ ਲੱਗਦਾ ਵਿੱਚ ਵੜ ਕੇ ਪਤਾ ਲੱਗਾ ਸਹੀ ਪਤਾ ਲੱਗਾ ਵੀ ਕਿਆ ਹੋ ਰਿਹਾ ਕਿਆ ਨਹੀਂ ਗਰਮੀ ਹੋ ਰਹੀ ਪੂਰੀ ਰੇਹ ਰਲਾ ਕੇ ਦੀਹਾ ਮਹਾਂ ਤੋਂ ਖਿੱਚਣ ਲੱਗਾ ਵਾ ਵਹੀਂ ਚੱਲ ਮਹਾਂ ਵਹੀਂ ਲਿਆਈ ਯਾਰ ਰਾ ਠੀਕ ਆ ਤਾਂ ਉਹ ਵੀ ਦੇਈ ਜਾ ਕਰ ਮੈਨੂੰ ਫਿਰ ਨਹੀਂ ਮੈਂ ਦੱਬਦਾ ਕਿਉਂ ਬੰਦੇ ਨੂੰ ਜਦ ਪੂਰਾ 2-3 ਕਿੱਲਿਆਂ ਬਦਲ ਰੇਹ ਲੈ ਕੇ ਜਾਣਾ ਬੜਾ ਫਿਰ ਔਖਾ ਲੱਗਾ ਬਾਈ ਕਿ ਗੈਲ ਪੱਟੀ ਝੋਲੀਆਂ ਪਾ ਕੇ ਦੇਈ ਜਾ ਫਿਰ ਕੰਮ ਸੈੱਟ ਹੋ ਗਿਆ। ਓਹੋ ਸ਼ੁਕਰ ਆ ਮਾਲਕਾ ਤੇਰਾ ਚਲੋ ਟਾਈਮ ਗੈਲ ਸਾਂਭ ਗਿਆ ਹਲੀ ਬਈ ਕਿ ਪਾਣੀ ਪੂਣੀ ਲਾਉਣਾ ਬਿਲਕੁਲ ਸੁਕਾ ਦੇਣੀ ਆ ਬਿਲਕੁਲ ਸੁਕਾ ਦੇਣਾ ਬਾਈ ਨਜ਼ਾਰੇ ਲੈਣ ਦੇ ਜੀਰੀ ਨੂੰ ਕਿਉਂਕਿ ਨਾ ਉਹ ਤਲਾ ਵੀ ਕਾਈ ਸੀ ਜੰਮ ਗਈ ਉੱਲੀ ਪੜ ਗਈ ਜੰਮੀ ਬੁਰਾ ਹਾਲ ਹੋਇਆ ਪੜਿਆ ਸਵੇਰ ਸਵੇਰ ਹੀ ਬੰਦਾ ਸੋਚਿਆ ਠੰਡਾ ਮੌਸਮ ਫਿਰ ਵੀ ਬਹੁਤ ਗਰਮੀ ਹੋ ਜਾਂਦੀ ਕਿਆ ਕਿਉਂ ਨਾਣਾ ਹੈ ਅੱਛਾ ਦਮ ਮਾਰ ਲਏ ਹਲੀ ਪੜਿਆ ਠੇਕਾ ਆ ਉਹ ਇਹਨਾਂ ਦਾ ਸੀ ਰੋਗ ਮਰਜੀ ਮੇਰੇ ਠੇਕਾ ਤੇਰਾ ਲੱਸੀ ਲਿਆਓ ਕਦੀ ਚਾਹ ਲਿਆਓ ਹੈ ਪਰ ਕਦੇ ਐਵੇਂ ਤੰਗ ਨੀ ਕਰਦੇ ਬਾਈ ਨੂੰ ਨਾ ਬਾਈ ਤੰਗ ਕਰਾ ਰੁਕ ਜਾ ਤਲਾ ਗਾੜੀ ਸੀ ਰਹਿ ਗਈ ਮਿਕਸ ਕਰੂੰਗਾ ਇਹਨਾਂ ਜਾ ਸਵੇਰ ਹੀ ਆਣ ਕੇ ਇਹਨੂੰ ਕਿਹਾ ਮੈਂ ਤੇਲ ਲਾ ਲੇ ਮੈਂ ਨਾਲੇ ਰੋਟੀ ਖਾ ਲੇ ਲੱਸੀ ਕਰ ਰੋਟੀ ਮੈਂ ਜ਼ਰੂਰੀ ਲੈ ਕੇ ਆਇਆ ਉਹ ਕਰਦਾ ਖਾਲੀ ਪੇਟ ਨਾ ਗਿਰੇ ਵੈਸੇ ਉਹ ਰੋਟੀ ਖਾਂਦਾ ਨਹੀਂ ਸਵੇਰੇ ਕਿ 5 ਵਜੇ ਆਵਾਂ ਰੋਟੀ ਖਾਂਦੇ ਨਹੀਂ ਲੈ ਕੇ ਆਉਂਦਾ 5 ਵਜੇ ਕਿਹੜਾ ਰੋਟੀ ਬਣਾਵਾ ਆਵਾਂ ਆਏ ਵੀ ਥੋੜ੍ਹਾ ਲੇਟ ਤੇ ਮੈਂ ਰੋਟੀ ਸੀ ਸਪੈਸ਼ਲ ਬਣਵਾ ਕੇ ਲਿਆ ਤਾਂ ਲੱਸੀ ਲਿਆ ਦਾ ਇੱਕ ਵਾਰ ਲੈ 5 ਵਜੇ ਤੱਕ ਮੈਂ ਦਵਾਈ ਹੋ ਗਈ ਇੱਦਾਂ ਰਿਹਾ ਕੋਈ ਮੈਨੂੰ ਕਿਆ ਹੋ ਗਿਆ ਮੈਂ ਠੀਕ ਆ ਈ ਵਾ ਗਾ ਜੀ ਗੇਰ ਨਾ ਕਹਿ ਰਿਹਾ ਲੱਸੀ ਪਿਲਾ ਦੇ ਕਹਿ ਰਿਹਾ ਕਹਿੰਦਾ ਹੈ ਯਾਰ ਅਸਰ ਤਾਂ ਕਰ ਆਇਆ ਮੈਂ ਅਸਰ ਤਾਂ ਕਰ ਹੀ ਗਿਆ ਦਵਾਈਆਂ ਵਾਲਾ ਮੂਰਖ ਥੋੜ੍ਹੀ ਤਾਂ ਜਿਹੜਾ ਮੈਨੂੰ ਨਿਊ ਕਰਦਾ ਫਿਰ ਤਾਂ ਨਿਊ ਕਰਦੀ ਹੈ ਯਾਰ ਮੰਨਣੀ ਚਾਹੀਦੀ ਜਦ ਅਗਲੇ ਬੰਦੇ ਨੇ ਮੈਨੂੰ ਪਹਿਲਾਂ ਨਹੀਂ ਕਦੀ ਕਿਹਾ ਵੀ ਰੋਟੀ ਖਾ ਕੇ ਲੱਗੀ ਹੋ ਜਾਂ ਖਾਲੀ ਪੇਟ ਨਾਲ ਲੱਗੀ ਹੋ ਯਾਰ ਵੀ ਸਰੋਂਗਾ ਤੇਲ ਲਾ ਅੱਤਾ ਮਾਹਾਂਗਾ ਵੀ ਲੜਨੇ ਦੇ ਵੀ ਉਹ ਜ਼ਰੂਰ ਕਰੀਓ ਕੰਮ 2 ਕੰਮ ਤਾਂ ਜ਼ਰੂਰ ਕਰਨੇ ਮੈਂ ਠੀਕ ਆ ਬਾਈ ਜ਼ਰੂਰ ਕਰਾਂਗੇ ਇਹ ਤੇਲ ਵੀ ਲਿਆ ਤਾਂ ਸਰੋਂਗਾ ਇਸ ਵਾਸਤੇ ਮੈਂ ਹੱਥਾਂ ਪੈਰਾਂ ਗਾ ਲਾ ਲਏਗਾ ਕਿ ਦਵਾਈ ਫਿਰ ਲੜਦੀ ਨਹੀਂ ਉਹ ਚੱਕਰ ਪੜਦਾ ਜੀ ਆਪਣਾ ਲੀਲੀ ਦੇ ਦੇਖ ਹੱਤਕ ਕਹੀਂ ਲੱਗੀ ਹੈ ਜੇ ਹੱਤਕ ਕਹੀਂ ਵਾ ਨਾ ਲਾਉਂਦੇ ਫਿਰ ਲੱਗ ਜਾਂਦੇ ਤੁਹਾਨੂੰ ਪਤਾ ਪਹਿਲਾਂ ਹਰੇ ਹਰੇ ਹੱਥ ਹੋ ਜਾਂਦੇ ਬਾਈ ਉਹ 15-15-20-20 ਦਿਨ ਫਿਰ ਹੱਥਾਂ ਮਤਲਬ ਫੈਲੀ ਦੂਰ 'ਤੇ ਪਤਾ ਲੱਗ ਜਾਂਦਾ ਵੀ ਪਦਾਨ ਪਾਈ ਹੋਈ ਆ ਮੁੰਡੇ ਨੇ। ਬਾਕੀ ਆਪਣੀ ਉਸ ਤਾਈ ਬਾਈ ਆਪਾਂ ਨੇ ਨਾ 1 ਕੱਟਾ ਗਿਰਿਆ 2.5 ਕਿੱਲਿਆਂ ਬਾਈ ਉਸ ਤਰ੍ਹਾਂ ਕੰਮ ਸੈੱਟ ਆ ਗਿਆ 2.5-2.5 ਕਿੱਲਿਆਂ ਗਿਰਦਾ ਚਲੇ ਗਿਆ ਨਾ ਇਹ ਕੰਮ ਸੈੱਟ ਰਿਹਾ ਨਹੀਂ 3 ਕਿੱਲਿਆਂ ਨਹੀਂ ਗਿਰ ਰਿਹਾ ਤਾਂ ਯਾਰ ਕਿਉਂ
45 ਕਿਲੋ ਯੂਰੀਆ ਬਾਈ, 15 ਕਿਲੋ ਯੂਰੀਆ ਮੈਂ ਕਹਾਂ ਸਾਲਾ ਪੂਰਾ ਹੋਵਾ, 2.5 ਮਾਹ ਦੇ ਵੀ ਥੋੜ੍ਹਾ ਘੱਟੋ ਰਿਹਾ, 2.25 ਕਿੱਲੇ ਲਾ ਲਓ, 2.25 ਕਿੱਲੇ ਲਪੇਟੇ ਗਏ ਇੱਕ ਕੱਟੇ ਗਿਲ, ਉਸ ਨਿਉਂ ਹੋ ਗਿਆ ਵੀ ਚਲੋ ਜਿੰਨਾ ਵੀ ਆ ਗਿਆ ਬਾਈ ਉਹ ਆ ਗਿਆ 17-18-18 20-20 ਕਿਲੋ, 22-22-23-23 ਕਿਲੋ, 20-20 ਕਿਲੋ ਗਿਆ ਉਸ ਤਾਂ ਗਈ, ਥੋੜ੍ਹਾ ਜਿਹਾ ਉੱਪਰ ਗਿਰ ਗਿਆ ਕਿੱਲੇ ਮਾਂ। ਚਲੋ ਇਤਨਾ ਕੁ ਚੱਲ ਜਾ ਕੰਮ, ਜੇ 3 ਕਿੱਲੇ ਕਹਾ ਇੱਕ ਕੱਟੇ ਗਿਲ ਉਹ ਪੂਰੇ ਕਰਨੇ ਔਖੇ ਦੇ ਬਾਈ। ਇੱਕ ਨਾ ਬਾਈ ਆਪਣੇ ਖੇਤ ਮਨਾ ਗੋਹ ਆ ਗਈ, ਜੇ ਕੋਈ ਆਪਣੇ ਨੇੜਾ ਤੇੜਾ ਨਾ ਕੋਈ ਗੋਹ ਫਕੜਨੇ ਵਾਲਾ ਹੋਆ ਬੰਦਾ, ਜਾਂ ਕਿਸੇ ਕੋਈ ਜਾਣਕਾਰ ਹੋਆ, ਅੰਬਾਲੇ ਹੋਆ, ਬਨੂੜ ਹੋਆ, ਰਾਜਪੁਰਾ ਹੋਆ, ਤਾਂ ਉਹ ਜ਼ਰੂਰ ਮੇਰੇ ਗੱਲ ਕਮੈਂਟ ਕਰਕੇ ਵਾਰਤਾਲਾਪ ਕਰੋ ਯਾਰ, ਕਿਉਂਕਿ ਗੋਹ ਕਾ ਯਾਰ ਕੋਈ ਇਲਾਜ ਨਹੀਂ, ਗੋਹ ਨਾ ਜੀਰੀ ਵੱਢ ਰਹੀ ਆ ਬਹੁਤ ਜ਼ਿਆਦਾ ਬਾਈ, ਕਿਉਂਕਿ ਨਾ ਤਾਂ ਉਹਨੂੰ ਪਾਣੀ ਕਾ ਕੋਈ ਫਰਕ ਆ, ਵੀ ਪਾਣੀ ਭਰ ਦਿਓ ਚਲੋ ਚੂਹਾ ਹੋਏ ਕਰਦਾ ਬਾਈ, ਪਾਣੀ ਭਰਦੇ ਆ ਜੀਰੀ ਮਾਂ ਚੂਹਾ ਸਾਲਾ ਮਰ ਮੁੜ ਜਾਂਦਾ, ਕਹੀਂ ਆਵੇ ਨਹੀਂ ਕਰੇ ਕਰਦਾ। ਦੂਸਰਾ ਇਸ ਨੂੰ ਭਜਾਉਣੇ ਦਾ ਕੋਈ ਹੱਲ ਨਹੀਂ ਬਾਈ, ਨਾ ਤਾਂ ਕੋਈ ਬੰਦਾ ਵੀ ਚਲੋ ਜੀਵ ਜੰਤੂ ਦਿਖ ਰਿਹਾ ਜਿਸ ਤਰ੍ਹਾਂ ਆਪਣਾ ਮੁਰਗਿਆਂ ਨੇ, ਚੱਲ ਉਸਕੀ ਰਾਖੀ ਬੈਠੇ ਤੇ ਵੀ ਹਾਂ ਕੋਈ ਖਾ ਨਾ ਲਏ, ਗੋਹ ਕੀ ਬੰਦਾ ਕਿਆ ਰਾਖੀ ਕਰਾਂਗਾ ਕਿਆ ਨਾ ਕਰਾਂਗਾ, ਬਾਕੀ ਨਾ ਕੋਈ ਮਾਰਨ ਵਾਲੀ ਦਵਾਈ ਚੂਹਿਆਂ ਵਾਲੀ ਦਵਾਈ ਪਾ ਕੇ ਮਾਰ ਦੇਗਾ ਉਹਨੂੰ, ਅਤੇ ਉਸ ਤਰ੍ਹਾਂ ਗੋਹ ਤਾਂ ਫਕੜਵਾਉਣੀ ਪੜਾਗੀ। ਜੇ ਕੋਈ ਵੀਰ ਨਾ ਫੜਦਾ ਹੋਆ ਐਸੇ ਕੰਮ ਕਰਦੇ ਹੋਵਾਂ ਬਾਈ, ਗੋਹ ਗੂਹ ਕੇ ਸ਼ੌਕੀਨ ਹੋਵਾਂ ਔਰ ਜ਼ਰੂਰ ਸੰਪਰਕ ਕਰੀਓ, ਜੀਰੀ ਜੇ ਕਾਫੀ ਜ਼ਿਆਦਾ ਵੱਢਦੀ ਬਾਈ ਕੰਮ ਖਰਾਬ ਹੋ ਜਾਵੇਗਾ। ਬਾਕੀ ਆਪਣਾ ਰੇਹ ਰੂਹ ਕਾ ਕੰਮ ਨਿਬੜ ਗਿਆ, ਖਤਮ ਆ ਬਾਈ ਦਵਾਈ ਗੇਰ ਦੀ, ਇੱਕ ਸਪਰੇਅ ਕਰਾਉਣੀ ਆ ਉਹ ਕਰਾਵਾਂਗੇ ਹਲੀ, ਠਹਿਰ ਕਾ ਥੋੜ੍ਹੇ ਦਿਨ ਹੋਰ, 15-20 ਦਿਨ ਲੰਘ ਕਰਾਂ ਗੋਮਾ ਆ ਜਾਵੇਗੀ ਜੀਰੀ, ਗੋਮਾ ਥੋੜ੍ਹੀ ਥੋੜ੍ਹੀ ਬਸ ਆਵਾਂਗੀ, ਫਿਰ ਆਪਾਂ ਸਪਰੇਅ ਕਰਾਵਾਂਗੇ ਜਾਂ ਨਸਾਰੇ ਪਾ ਜਾਵੇਗੀ, ਗੋਮਾ ਕਹਿ ਰਿਹਾ ਨਸਾਰੇ ਪਾਵਾਂਗੇ ਨਾ ਫਿਰ ਕਰਾਵਾਂਗੇ। ਔਰ ਬਾਕੀ ਮਿੱਤਰੋ ਅੱਜ ਦੀ ਵੀਡੀਓ ਆਪਾਂ ਇਹ ਸਮਾਪਤੀ ਕਰਾਂ ਬਾਈ, ਵੀਡੀਓ ਵਧੀਆ ਲੱਗੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ, ਥੈਂਕ ਯੂ।